ਕੇ ਤੇ ਉਹਨਾਂ ਨੂੰ ਜਿਹੜਾ ਵਾ ਗਲਤ ਧੰਦਾ ਕਰਵਾਇਆ ਜਾ ਰਿਹਾ। ਇਸ 'ਤੇ ਸਾਡੇ ਇੰਸਪੈਕਟਰ ਪ੍ਰਵੀਨ ਕੁਮਾਰ ਨੇ ਵਿਦ ਫੋਰਸ ਉੱਥੇ ਰੇਡ ਕੀਤਾ ਅਤੇ ਜਦੋਂ ਰੇਡ ਕੀਤਾ ਤਾਂ ਉੱਥੇ 9 ਜਿਹੜੇ ਸੀ ਆਦਮੀ ਅਤੇ 3 ਔਰਤਾਂ ਜਿਹੜੀਆਂ ਮਿਲੀਆਂ, ਜਿਹੜੇ ਕੁਛ ਇਤਰਾਜ਼ਯੋਗ ਹਾਲਤ ਸੀਗੇ ਉਹਨਾਂ ਨੂੰ ਅਰੈਸਟ ਕੀਤਾ। ਅਰੈਸਟ ਕਰਨ ਤੋਂ ਬਾਅਦ ਅੱਗੇ ਮੁਕੱਦਮਾ ਨੰਬਰ ਜਿਹੜਾ ਸੀ 188-23720-3-4-5-6-7 ਇਮੋਲ ਟ੍ਰੈਫਿਕ ਦਾ ਰਜਿਸਟਰ ਕੀਤਾ ਅਤੇ ਇਹਨਾਂ ਦੀ ਗ੍ਰਿਫਤਾਰੀ ਕੀਤੀ। ਸਰ ਇਹਦੇ ਵਿੱਚ ਕੋਈ ਵਿਦੇਸ਼ੀ ਲੜਕੀਆਂ ਵੀ ਸ਼ਾਮਿਲ ਨੇ? ਹਾਂ, ਇਹਦੇ ਵਿੱਚ 2 ਵਿਦੇਸ਼ੀ ਲੜਕੀਆਂ ਨੇ, 2 ਉਜ਼ਬੇਕਿਸਤਾਨ ਦੀਆਂ ਨੇ 2 ਲੜਕੀਆਂ, ਜਿਨ੍ਹਾਂ ਦੇ ਜਿਹੜੇ ਆ ਵਰਕ ਪਰਮਿਟ 'ਤੇ ਆਈਆਂ ਨੇ ਅਤੇ ਵਰਕ ਪਰਮਿਟ ਦੀ ਅਜੇ ਮਿਆਦ ਉਹਨਾਂ ਦੀ ਹੈਗੀ ਆ, 1 ਦੀ ਜੁਲਾਈ ਲਾਸਟ ਤੱਕ ਹੈ ਅਤੇ 1 ਦੀ 7 ਸਪਤੰਬਰ ਤੱਕ ਆ। ਅਤੇ ਕੀ ਸਾਰੇ ਲੋਕਡਾਊਨ ਦੇ ਦੌਰਾਨ ਵੀ ਇਹ ਇਸ ਤਰੀਕੇ ਦੇ ਨਾਲ ਆਪਣਾ ਧੰਦਾ ਜਿਹੜਾ ਚਲਾ ਰਹੇ ਸੀ? ਹਾਂਜੀ ਹਾਂਜੀ, ਧੰਦਾ ਇਹ ਚਲਾ ਰਹੇ ਸੀ, ਇਹਨਾਂ ਨੇ ਲਿਸਟ ਅਸੀਂ ਸ਼ੁਰੂ ਕੀਤਾ ਹੋਏਗਾ, ਪਰ ਇਹਦੇ ਵਿੱਚ ਜਿਹੜੀਆਂ ਸਰਕਾਰ ਦੀਆਂ ਹਦਾਇਤਾਂ ਨੇ ਉਹਦੇ ਮੁਤਾਬਕ ਇਹ ਸਪਾ ਸੈਂਟਰ ਜਿਹੜੇ ਬੰਦ ਨੇ, ਬਿਲਕੁਲ ਖੁੱਲ੍ਹ ਨਹੀਂ ਸਕਦੇ। ਇਹਨਾਂ ਨੇ ਜਿਹੜੀਆਂ ਸਰਕਾਰ ਦੀਆਂ ਹਦਾਇਤਾਂ ਉਹਨਾਂ ਦੀ ਉਲੰਘਣਾ ਕੀਤੀ ਔਰ ਸਪਾ ਸੈਂਟਰ ਦੀ ਆੜ ਦੇ ਵਿੱਚ ਜਿਹੜਾ ਹੈ ਬਦਕਾਰੀ ਦਾ ਕੰਮ ਕੀਤਾ, ਉਹ ਇਹਨਾਂ ਦੇ ਕਾਰਵਾਈ ਕੀਤੀ ਗਈ। ਕੱਲ੍ਹ 23 ਤਰੀਕ ਨੂੰ ਸਾਡੇ ਇੰਸਪੈਕਟਰ ਪ੍ਰਵੀਨ ਕੁਮਾਰ SHO ਸਦਰ ਸਿਵਲ ਲਾਈਨ ਦਾ ਹੀ ਕੰਮ ਵੇਖ ਰਹੇ ਸੀਗੇ, ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜਾ ਫਰਨ ਹੋਟਲ ਹੈ ਇਹਦੇ ਵਿੱਚ ਇੱਕ ਥਾਈ ਸਪਾ ਸੈਂਟਰ ਖੁੱਲ੍ਹਿਆ, ਸਵਾਨ ਥਾਈ ਸਪਾ। ਇਹ ਪਾਸਪੋਰਟ ਦੇ ਇਹਨਾਂ ਦੇ ਕੋਲ ਇਹਨਾਂ ਕੋਲ ਹੈਗੇ ਆ ਪਾਸਪੋਰਟ, ਉਹਨਾਂ ਵਿਖਾਏ ਆ। ਨਹੀਂ, ਉਹ ਅੱਗੇ ਜਿਹੜਾ ਸਾਡਾ ਇਨਵੈਸਟੀਗੇਸ਼ਨ ਦਾ ਵਿਸ਼ਾ, ਇਨਵੈਸਟੀਗੇਸ਼ਨ ਕਰਾਂਗੇ ਅੱਗੇ, ਜੋ ਇਨਵੈਸਟੀਗੇਸ਼ਨ 'ਚ ਅੱਗੇ ਆਏਗਾ ਵੀ ਜੇ ਵਾਕਈ ਇਹਨਾਂ ਦਾ ਕੋਈ ਹੈਂਡਲਰ ਹੈ ਜਾਂ ਇਹਨਾਂ ਨੂੰ ਕੋਈ ਲਿਆਉਂਦਾ ਹੈ ਜਾਂ ਇਸ ਤਰ੍ਹਾਂ ਕਰਦਾ, ਜੋ ਇਨਵੈਸਟੀਗੇਸ਼ਨ 'ਚ ਅੱਗੇ ਗੱਲ ਆਈ ਉਹ ਵੇਖੀ ਜਾਏਗੀ।